ਭੰਗੜਾ ਬੋਲੀ ਰੂਹ ਸਾਡੀ, ਅਸੀਂ ਵਾਸੀ ਦੇਸ਼ ਪੰਜਾਬ ਦੇ ਹਾਂ। ਉਹ ਨੱਚ ਨੱਚ ਧਰਤੀ ਪੱਟ ਦਈਏ, ਪਰ ਦੇਖਣ ਨੂੰ ਫੁੱਲ ਗੁਲਾਬ ਦੇ ਹਾਂ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਅਤੇ ਅੱਜ ਅਜਿਹੀ ਹਸਤੀ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਜਿਹੜੇ ਕਿ 2.5 ਦਹਾਕਿਆਂ ਤੋਂ ਭੰਗੜਾ ਪਾ ਰਹੇ ਨੇ, ਭੰਗੜਾ ਸਿਖਾ ਰਹੇ ਨੇ, ਅਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਫੋਲੋ ਕਰ ਰਹੇ ਨੇ। ਇਹਨਾਂ ਨੇ ਜਿਹੜੀ ਮਿੱਥ ਲੋਕਾਂ ਨੇ ਬਣਾਈ ਹੋਈ ਹੈ ਕਿ ਇੱਕ ਹੈਵੀ ਬੰਦਾ ਜਿਹੜਾ ਭੰਗੜਾ ਨਹੀਂ ਪਾ ਸਕਦਾ, ਉਹ ਮਿੱਥ ਨੂੰ ਜਿਹੜਾ ਤੋੜ ਦਿੱਤਾ। ਇਹਨਾਂ ਨਾਲ ਗੱਲਬਾਤ ਕਰਦਿਆਂ ਜਾਣਦਿਆਂ ਕਦੋਂ ਸਫ਼ਰ ਦੀ ਸ਼ੁਰੂਆਤ ਹੋਈ? ਸਤਿ ਸ਼੍ਰੀ ਅਕਾਲ। ਮੇਰੀ ਭੰਗੜੇ ਦੀ ਸ਼ੁਰੂਆਤ 1994 ਦੇ ਵਿੱਚ ਹੋਈ, ਨਕੋਦਰ ਦੇ ਵਿੱਚ। ਨਕੋਦਰ ਬੜੀ ਧੂਮਧਾਮ ਦੇ ਨਾਲ ਸ਼ਿਵਰਾਤਰੀ ਮਹੋਤਸਵ ਮਨਾਇਆ ਜਾਂਦਾ ਹੈ। ਉਹਦੇ ਵਿੱਚ ਅਸੀਂ ਜਿਹੜੀ ਨਗਰ ਕੀਰਤਨ ਹੁੰਦਾ ਉਹਦੇ ਵਿੱਚ ਅਸੀਂ ਇੱਕ ਟੋਲਾ ਬਣਾ ਕੇ ਉਹਦੇ ਵਿੱਚ ਪਰਫੋਰਮ ਕਰਦੇ ਹੁੰਦੇ ਸੀ। ਮੋਸਟਲੀ ਸਾਰੇ ਮੇਰੇ ਤੋਂ ਵੱਡੇ ਹੁੰਦੇ ਸੀ, ਮੈਂ ਇਕੱਲਾ ਹੀ ਜਵਾਕ ਹੁੰਦਾ ਉਹਨਾਂ ਦੇ ਵਿੱਚ, ਅਤੇ ਭੰਗੜੇ ਨਾਲ ਤਾਂ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਭੰਗੜੇ ਦਾ। ਇੰਸਟਾਗ੍ਰਾਮ 'ਤੇ ਜੇ ਸੋਸ਼ਲ ਨੈਟਵਰਕਿੰਗ ਸਾਈਟਸ ਦੀ ਗੱਲ ਕਰੀਏ, ਇੰਸਟਾਗ੍ਰਾਮ 'ਤੇ ਤੁਹਾਡੇ ਬਹੁਤ ਸਾਰੇ ਫੋਲੋਅਰਸ ਨੇ। ਭੰਗੜਾ, ਜਿਹੜੇ ਭੰਗੜੇ ਨੂੰ ਪਿਆਰ ਕਰਦੇ ਨੇ ਜਾਂ ਫਿਰ ਭੰਗੜਾ ਸਿੱਖਣਾ ਚਾਹੁੰਦੇ ਨੇ, ਉਹ ਤੁਹਾਡੀ ਵੀਡੀਓਜ਼ ਨੂੰ ਜ਼ਰੂਰ ਦੇਖਦੇ ਨੇ, ਬਹੁਤ ਪਿਆਰ ਕਰਦੇ ਨੇ, ਅਤੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਨੇ ਤੁਹਾਡੀਆਂ ਵੀਡੀਓਜ਼ ਸ਼ੇਅਰ ਕੀਤੀਆਂ ਨੇ। ਕੀ ਤਜਰਬਾ ਰਿਹਾ ਤੁਹਾਡਾ? ਇੱਕ ਮੇਰੀ ਸੋਚ ਦੇ ਮੁਤਾਬਕ ਉਹ ਜਿਹੜਾ ਪਿਆਰ ਮਿਲ ਰਿਹਾ ਹੈ ਭੰਗੜੇ ਨੂੰ ਮਿਲ ਰਿਹਾ ਹੈ, ਅਤੇ ਮੈਂ ਉਹ ਚੀਜ਼ 'ਚ ਬੜਾ ਖੁਸ਼ ਹਾਂ ਕਿ ਵੱਖਰੀਆਂ ਸਟੇਟ ਦੇ ਹੋਣ ਦੇ ਬਾਵਜੂਦ ਵੀ ਭੰਗੜੇ ਨੂੰ ਇੰਨਾ ਪਿਆਰ ਮਿਲ ਰਿਹਾ ਹੈ। ਅਤੇ ਬੰਬੇ ਦੇ ਵਿੱਚ ਆਪਣੇ ਪੰਜਾਬੀ ਕਪਿਲ ਸ਼ਰਮਾ, ਉਹਨਾਂ ਨੇ ਵੀਡੀਓ ਨੂੰ ਸ਼ੇਅਰ ਕੀਤਾ, ਉਹਦੇ ਨਾਲ ਵੀ ਬਹੁਤ ਲੋਕਾਂ ਨੇ ਮੈਨੂੰ ਪਿਆਰ ਕੀਤਾ। ਅਤੇ ਬਾਕੀ DAV ਕਾਲਜ ਭੰਗੜਾ ਟੀਮ ਵੱਲੋਂ, ਅਤੇ ਜਿਹੜੇ ਸਾਡੇ ਕੋਚ ਆ ਸਰਦਾਰ ਨੀਤੀ ਰਾਜ ਸ਼ੇਰਗਿੱਲ, ਉਹਨਾਂ ਤੋਂ ਬੜੀ ਸਪੋਰਟ ਮਿਲੀ ਮੈਨੂੰ। ਬਾਕੀ DAV ਕਾਲਜ ਜਿਹੜੀ ਮੇਰੀ 2009 ਤੋਂ ਲੈ ਕੇ ਹੁਣ ਤੱਕ ਦੀ ਟੀਮ ਆ, ਉਹਨਾਂ ਨੇ ਬੜਾ ਸਪੋਰਟ ਕੀਤਾ। ਜਿਹੜੇ ਉਹਨਾਂ ਤੋਂ ਪਹਿਲਾਂ ਵੀ ਸੀ ਨੱਚਦੇ ਸਾਡੇ ਸੀਨੀਅਰ, ਉਹਨਾਂ ਨੇ ਬੜੀ ਹੱਲਾਸ਼ੇਰੀ ਦਿੱਤੀ ਮੈਨੂੰ। ਤੁਹਾਡੀ ਵੀਡੀਓਜ਼ ਨੂੰ ਮਿਲੀਅਨਸ ਵਿਊਜ਼ ਜਾਂਦੇ ਨੇ, ਹਰ ਕਿਸੇ ਨੇ ਰਾਜਨ ਔਜਲਾ ਪੇਜ ਜਿਹੜਾ ਲਾਈਕ ਕੀਤਾ ਹੋਇਆ ਹੈ, ਤੁਹਾਡੇ ਭੰਗੜੇ ਨੂੰ ਦੇਖਦੇ ਕਈ ਲੋਕ ਇੰਨਾ ਇੰਸਪਾਇਰ ਹੋ ਜਾਂਦੇ ਨੇ, ਮਾਣ ਮਹਿਸੂਸ ਹੁੰਦਾ? ਪਹਿਲੀ ਤਾਂ ਗੱਲ ਇਹ ਆ ਕਿ ਭੰਗੜਾ ਮੇਰਾ ਨਹੀਂ, ਭੰਗੜਾ ਲੋਕਾਂ ਦਾ ਆ, ਇਹ ਇੱਕ ਲੋਕ ਨਾਚ ਆ, ਇਹ ਲੋਕਾਂ ਦੁਆਰਾ ਨੱਚਿਆ ਜਾਂਦਾ। ਜਦੋਂ ਲੋਕ ਨੱਚਦੇ ਆ ਮੈਨੂੰ ਉਦੋਂ ਬੜੀ ਖੁਸ਼ੀ ਹੁੰਦੀ ਆ ਕਿ ਆਹ ਭੰਗੜਾ ਪੈ ਰਿਹਾ, ਅੱਜ ਲੋਕਾਂ ਦੇ ਵਿੱਚ ਹੀ ਪੈ ਰਿਹਾ, ਸਹੀ ਹੱਥਾਂ ਦੇ ਵਿੱਚ ਪੈ ਰਿਹਾ, ਅਤੇ ਮਾਣ ਤਾਂ ਮਹਿਸੂਸ ਹੋਊਗਾ ਕਿ ਆਪਣਾ ਪੰਜਾਬ ਦਾ ਲੋਕ ਨਾਚ ਆ, ਇਹ ਵੱਧ ਰਿਹਾ ਅੱਗੇ ਨੂੰ। ਅੱਜ ਕੱਲ੍ਹ ਮੁੰਡਿਆਂ ਦੇ ਵਿੱਚ ਬੜਾ ਜੋਸ਼ ਪਾਇਆ ਜਾਂਦਾ ਹੈ ਭੰਗੜੇ ਨੂੰ ਲੈ ਕੇ, ਕਾਲਜਸ ਦੇ ਵਿੱਚ ਜੇ ਅਸੀਂ ਯੂਥ ਫੈਸਟੀਵਲਸ ਦੀ ਗੱਲ ਕਰੀਏ, ਬੜੇ ਹੀ ਮਹੀਨੇ ਪਹਿਲਾਂ ਰਿਹਰਸਲ ਸ਼ੁਰੂ ਹੋ ਜਾਂਦੀਆਂ ਨੇ, ਪਰ ਇੱਕ ਲੋਕਾਂ ਦੇ ਦਿਲ ਵਿੱਚ ਇੱਕ ਵਹਿਮ ਹੈ, ਕਹਿ ਸਕਦੇ ਹੋ ਕਿ ਲੋਕ ਉਸਨੂੰ ਸੱਚ ਵੀ ਮੰਨਦੇ ਨੇ ਕਿ ਭੰਗੜਾ ਜਿਹੜਾ ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਨਸ਼ਾ ਕੀਤਾ ਹੁੰਦਾ ਭੰਗੜੇ ਵਾਲੇ ਬੋਆਇਜ਼ ਨੇ, ਜਿਹੜੇ ਇਹ ਲੋਕ ਗੱਲ ਕਹਿੰਦੇ, ਮੈਂ ਇਸ ਨੂੰ ਗਲਤ ਸਾਬਿਤ ਕਰ ਸਕਦਾ ਵਿਦ ਪਰੂਫ, ਕਿਉਂਕਿ ਜਦੋਂ ਯੂਥ ਫੈਸਟੀਵਲ ਦੀ ਪ੍ਰੈਕਟਿਸ ਸ਼ੁਰੂ ਹੁੰਦੀ ਆ, ਪਹਿਲਾਂ ਤਾਂ ਜਿਹੜੇ ਬੱਚੇ ਨੱਚਦੇ ਆ ਯੂਥ ਫੈਸਟੀਵਲ ਨੂੰ, ਉਹ ਆਪਣੀ ਸਟੇਜ ਨੂੰ ਮਾਂ ਮੰਨਦੇ ਆ ਕਿ ਸਟੇਜ ਸਾਡੀ ਮਾਂ ਆ, ਅਤੇ ਭੰਗੜੇ ਨੂੰ ਆਪਣਾ ਦੇਵਤਾ, ਜਿਹੜੇ ਭੰਗੜਾ ਪਾਉਂਦੇ ਮੁੰਡੇ। ਤੋ ਪ੍ਰੈਕਟਿਸ ਸ਼ੁਰੂ ਹੋਣ ਤੋਂ ਪਹਿਲਾਂ, ਜਦੋਂ ਆਪਣੀ ਪਹਿਲੇ ਦਿਨ ਪ੍ਰੈਕਟਿਸ ਸ਼ੁਰੂ ਹੁੰਦੀ ਆ, ਬਕਾਇਦਾ ਸਟੇਜ ਦੇ ਉੱਪਰ ਖੜ੍ਹ ਕੇ ਅਰਦਾਸ ਹੁੰਦੀ ਆ, ਅਤੇ ਸਟੇਜ ਨੂੰ ਭੋਗ ਲਗਾਇਆ ਜਾਂਦਾ। ਫਿਰ ਜਦੋਂ ਡੇ ਬਾਏ ਡੇ ਪ੍ਰੈਕਟਿਸ ਸਟਾਰਟ ਹੁੰਦੀ ਆ, ਅਰਦਾਸ ਜਾਂ ਆਪਾਂ ਚੁਪਈ ਸਾਹਿਬ ਦਾ ਪਾਠ ਕੁਛ ਨਾ ਕੁਛ ਕਰਕੇ ਆਪਾਂ ਪ੍ਰੈਕਟਿਸ ਸ਼ੁਰੂ ਕਰਦੇ ਹਾਂ ਕਿ ਨਸ਼ੇ ਵੱਲ ਤਾਂ ਨਸ਼ਾ ਕਰਕੇ ਜਿਹੜਾ ਯੂਥ ਫੈਸਟੀਵਲ ਜਾਂ ਉੱਦਾਂ ਵੀ ਭੰਗੜਾ ਪੈਂਦਾ, ਮੇਰੇ ਖਿਆਲ ਨਾਲ ਨਹੀਂ ਪੈ ਸਕਦਾ, ਕਿਉਂਕਿ 10-12 ਮਿੰਟ ਸਟੇਜ 'ਤੇ ਭੰਗੜਾ ਪਾਉਣਾ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ ਉਹ ਕਿ ਨਸ਼ਾ ਕਰਕੇ ਭੰਗੜਾ ਪਾ ਲਈਏ, ਕਿਉਂਕਿ ਲੋਕਾਂ ਨੂੰ ਸਿਰਫ 10-12 ਮਿੰਟ ਦਾ ਭੰਗੜਾ ਜਿਹੜਾ ਸਟੇਜ 'ਤੇ ਪਾਇਆ ਉਹ ਦਿਖਦਾ, ਉਸਦੇ ਪਿੱਛੇ ਦੀ ਮਿਹਨਤ ਨਹੀਂ ਦਿਖਦੀ। ਬਿਲਕੁਲ, ਕਦੀ ਜਦੋਂ ਭੰਗੜਾ ਪੈਣਾ ਆ, ਕਦੀ ਰੋਜ਼ ਪ੍ਰੈਕਟਿਸ 'ਤੇ ਆਉਣ ਕਿ ਬੱਚੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦੇ ਨਾਲ ਜੂਝਦੇ ਆ, ਕਈ ਵੇਲੇ ਬੱਚਿਆਂ ਦੇ ਫ੍ਰੈਕਚਰ ਹੋ ਜਾਂਦੇ ਆ ਭੰਗੜਾ ਪਾਉਂਦੇ ਆ, ਅਤੇ ਕਈ ਕਦੀ ਕੁਛ ਉਹਨਾਂ ਡਾਇਟ, ਇਹ ਸਾਰਾ ਕੁਛ ਬੜਾ ਖਿਆਲ ਰੱਖਣਾ ਪੈਂਦਾ ਹੈ। ਭੰਗੜਾ 10 ਮਿੰਟ ਲੱਗਦਾ ਕਿ ਸੌਖਾ ਆ ਪਾਉਣਾ, ਪਰ ਜੇ ਉਹਦੇ 'ਚ ਬੰਦਾ ਵੜਦਾ, ਮੇਰੇ ਹਿਸਾਬ ਨਾਲ 1-2 ਮਿੰਟ ਵੀ ਨਹੀਂ ਪਾ ਹੁੰਦਾ, ਫਿਰ ਇਹ ਔਖੀ ਚੀਜ਼ ਆ ਇਹ। ਭੰਗੜਾ, ਜਿਹੜੇ ਭੰਗੜਾ ਸਿੱਖ ਰਹੇ ਨੇ ਜਾਂ ਭੰਗੜਾ ਪਾ ਰਹੇ ਨੇ, ਕਹਿੰਦੇ ਨੇ ਲੋਕ ਜਿਸ ਤਰ੍ਹਾਂ ਨਸ਼ੇ ਦੀ ਗੱਲ ਹੁੰਦੀ ਹੈ ਤਾਂ ਇਹ ਵੀ ਕਹਿੰਦੇ ਨੇ ਸ਼ਰਾਬ ਖੁੱਲ੍ਹੀ ਚੱਲਦੀ ਹੈ, ਚਿਕਨ ਖੁੱਲ੍ਹਾ ਚੱਲਦਾ, ਨੌਨ ਵੈਜ ਵਗੈਰਾ। ਸ਼ਰਾਬ ਤਾਂ ਨਹੀਂ ਖੁੱਲ੍ਹੀ ਚੱਲਦੀ, ਕਿਉਂਕਿ ਹੁਣ ਪੰਜਾਬ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਆ, ਵਰਲਡ ਵਾਈਡ ਸਾਰੇ, ਕੁਛ ਵੈਜੀਟੇਰੀਅਨ ਵੀ ਹੈਗੇ ਆ, ਕੁਛ ਨੌਨ ਵੈਜ ਵੀ ਹੈਗੇ ਆ। ਹੁਣ ਮੈਂ ਵੈਜੀਟੇਰੀਅਨ ਆ ਪਿਓਰ, ਅਤੇ ਮੈਂ ਜਦੋਂ ਭੰਗੜਾ ਪਾਉਂਦਾ ਸੀ ਮੈਂ ਵੈਜੀਟੇਰੀਅਨ ਦੇ ਨਾਲ ਹੀ ਪਾਇਆ। ਹੁਣ ਜਿਹੜੇ ਨੌਨ ਵੈਜ ਖਾਂਦੇ ਆ, ਅਤੇ ਕੋਈ ਪ੍ਰੋਬਲਮ ਨਹੀਂ ਨੌਨ ਵੈਜ ਖਾਣ 'ਚ, ਇਹ ਕਿਹੜਾ ਗੁਣਾ ਆ, ਸਾਰੇ ਖਾਂਦੇ ਆ।
ਤੁਹਾਡੇ ਭੰਗੜੇ ਦੇ ਸਫ਼ਰ ਦੀ ਗੱਲ ਕਰੀਏ, ਤੁਸੀਂ ਰੀਸੈਂਟਲੀ ਲੰਡਨ ਜਾ ਕੇ ਆਏ ਹੋ, ਆਪਣਾ ਸਫ਼ਰ ਜਿਹੜਾ ਕਿਸ ਤਰ੍ਹਾਂ ਦਾ ਰਿਹਾ, ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਉੱਥੇ ਭੰਗੜੇ ਦਾ? ਉੱਥੇ ਵੀ ਭੰਗੜੇ ਨੂੰ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਬਹੁਤ ਪਿਆਰ ਦਿੰਦੀ ਆ। ਉੱਥੇ ਮੈਂ ਗਿਆ ਸੀ ਗੱਭਰੂ ਪੰਜਾਬ ਦੇ ਅਕੈਡਮੀ ਆ ਬਰਮਿੰਗਮ 'ਚ, ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਭੰਗੜੇ ਦੀ ਕਲਾਸਿਸ ਦੇ ਲਈ। ਫਿਰ ਮੇਰੇ ਬੜਾ ਕਲੋਜ਼ ਫਰੈਂਡ ਆ ਉੱਥੇ ਆਪਣਾ ਵਸਦਾ ਪੰਜਾਬ, ਉਹਨਾਂ ਦਾ ਲੰਡਨ ਦੇ ਵਿੱਚ ਆ, ਅਤੇ ਫਿਰ ਉਹਨਾਂ ਦੀ ਵੀ ਕਲਾਸ ਲਵਾਈ। ਬਹੁਤ ਪਿਆਰ ਮਿਲਦਾ ਭੰਗੜੇ ਨੂੰ ਵਰਲਡ ਵਾਈਡ, ਕਿ ਹਰ ਇੱਕ ਕਮਿਊਨਿਟੀ ਦੇ ਲੋਕ ਇਹਨੂੰ ਪਿਆਰ ਕਰਦੇ ਹਨ। ਇਕੱਲਾ ਇਹ ਪੰਜਾਬੀਆਂ ਦਾ ਰਹਿ ਗਿਆ, ਹੁਣ ਹੋਰ ਕਮਿਊਨਿਟੀ ਦੇ ਲੋਕ ਵੀ ਇਹਨੂੰ ਐਕਸੈਪਟ ਕਰ ਰਹੇ ਆ। ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਜਿਹੜਾ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ ਕੈਂਡਲ ਲਾਈਟ ਡਿਨਰਾਂ ਦੇ ਵਾਅਦੇ ਕਰਕੇ, ਇੱਕ ਯੂ ਟਰਨ ਸੀ ਉਹ ਤੁਹਾਡੀ ਲਾਈਫ ਦਾ, ਜੇ ਮੈਂ ਗਲਤ ਨਹੀਂ ਹਾਂ ਤਾਂ। ਭੰਗੜਾ ਤਾਂ ਪਹਿਲਾਂ ਪਾਉਂਦਾ ਹੀ ਸੀ ਮੈਂ ਡੀ ਏ ਵੀ ਕਾਲਜ ਜਲੰਧਰ ਵੱਲੋਂ, ਅਤੇ ਬਹੁਤ ਚਿਰ ਤੋਂ ਪਾ ਰਹੇ ਸੀ। ਹਾਂ, ਕੈਂਡਲ ਲਾਈਟ ਡਿਨਰ ਜਿਹੜੀ ਵੀਡੀਓ ਵਾਇਰਲ ਹੋਈ, ਉਹ ਵਾਇਰਲ ਹੋਈ ਸੀ ਹਰਜੋਤ ਹੁੰਦਲ ਅਮੈਰੀਕਾ ਤੋਂ, ਜੀ ਟੀ ਵੀ ਉਹਨਾਂ ਦਾ ਚੈਨਲ ਚੱਲਦਾ ਗੱਭਰੂ ਪੰਜਾਬ ਦੇ, ਅਤੇ ਮੈਨੂੰ ਵੀ ਨਹੀਂ ਪਤਾ ਸੀ ਕਿ ਉਹ ਵੀਡੀਓ ਬਣੀ ਆ ਕਿੱਦਾਂ ਬਣੀ ਆ, ਮੈਨੂੰ ਨਹੀਂ। ਮੈਨੂੰ ਤਾਂ ਬਸ ਇੱਕ ਦਿਨ ਫੋਨ ਆਇਆ ਕਿ ਰਾਜਨ ਤੇਰੀ ਵੀਡੀਓ ਇੱਕ ਬੜੀ ਚੱਲਦੀ ਪਈ ਆ, ਮੈਂ ਵੀ ਕਿਸੇ ਦੇ ਕਹਿਣ 'ਤੇ ਦੇਖੀ। ਬਾਅਦ ਦੇ ਵਿੱਚ ਹੌਲੀ ਹੌਲੀ ਲੋਕ ਇੰਨੇ ਜੁੜ ਗਏ, ਇੰਨਾ ਪਿਆਰ ਮਿਲਦਾ ਰਿਹਾ, ਕਿ ਫਿਰ ਮੈਂ ਸੋਚਿਆ ਕਿ ਕੋਈ ਚੀਜ਼ ਬਣਾਵਾਂਗੇ ਤਾਂ ਚੰਗੀ ਬਣਾਵਾਂਗੇ, ਅਤੇ ਨਹੀਂ ਤਾਂ ਨਹੀਂ। ਇੰਨਾ ਪਿਆਰ ਮਿਲਣ ਤੋਂ ਬਾਅਦ ਜ਼ਿੰਮੇਵਾਰੀ ਵੱਧ ਜਾਂਦੀ ਹੈ, ਮੋਢਿਆਂ 'ਤੇ ਜ਼ਿੰਮੇਵਾਰੀ ਪੈ ਜਾਂਦੀ ਕਿ ਹੁਣ ਕੁਛ ਇਸ ਤੋਂ ਵੀ ਅੱਛਾ ਲੈ ਕੇ ਆਉਣ। ਕੋਸ਼ਿਸ਼ ਕਰੀਦੀ ਆ, ਕੋਸ਼ਿਸ਼ ਕਰਨ ਦੇ ਵਿੱਚ ਹੀ ਬੰਦਾ ਸਫਲ ਹੁੰਦਾ, ਨਹੀਂ ਤਾਂ ਬੰਦਾ ਜੇ ਕਵੇ ਬਸ ਆਹ ਹੋ ਗਿਆ ਹੁਣ ਨਹੀਂ ਕੁਛ ਕਰ ਸਕਦਾ। ਕੋਸ਼ਿਸ਼ ਕਰਦੇ ਰਹਾਂਗੇ, ਅਤੇ ਜਿਹੜੀ ਚੀਜ਼ ਸਰੋਤਿਆਂ ਨੂੰ ਪਸੰਦ ਆਊਗੀ ਉਹ ਫੋਲੋ ਕਰੂਗੇ, ਫੋਰਵਰਡ ਕਰੂਗੇ ਗਾਂ, ਕਿ ਫਿਰ ਹੋਰ ਉਤਸ਼ਾਹ ਮਿਲੂਗਾ ਕਿ ਇੱਕ ਫਿਰ ਨਵੀਂ ਚੀਜ਼ ਬਣਾਈਏ। ਲੋਕਾਂ ਦੇ ਵਿੱਚ ਜਿਹੜੀ ਮਿਥ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਵੇਟ ਜ਼ਿਆਦਾ ਹੋਵੇ, ਮੋਟਾ ਹੋਵੇ ਬੰਦਾ ਤਾਂ ਭੰਗੜਾ ਨਹੀਂ ਪੈਂਦਾ, ਇਸ ਨੂੰ ਕਿੱਦਾਂ ਗਲਤ ਸਾਬਿਤ ਕਰਨ ਲਈ ਕੀ ਕਹਿਣਾ ਚਾਹੋਗੇ? ਮੈਂ ਸ਼ੁਰੂ ਤੋਂ ਜਦੋਂ ਤੋਂ ਮੈਂ ਭੰਗੜਾ ਪਾ ਰਿਹਾ, ਮੇਰਾ ਸਰੀਰ ਭਰ ਹੀ ਆ ਉਦੋਂ ਤੋਂ ਹੀ ਇੱਦਾਂ ਦਾ ਹੀ ਆ, ਅਤੇ ਭੰਗੜਾ ਸ਼ੌਂਕ ਦੇ ਨਾਲ ਜਜ਼ਬੇ ਦੇ ਨਾਲ ਪਾਇਆ ਜਾਂਦਾ, ਨਾ ਕਿ ਸਰੀਰ ਮੈਟਰ ਕਰਦਾ ਕਿ ਕਿੱਦਾਂ ਪਾਉਣਾ। ਜਦੋਂ ਬੰਦੇ 'ਚ ਜਜ਼ਬਾ ਹੋਵੇ ਨਾ ਕਿ ਮੈਂ ਆਹ ਕੰਮ ਕਰਨਾ ਆ, ਅਤੇ ਉਹ ਬੰਦਾ ਕਰਕੇ ਹੀ ਰਹਿੰਦਾ ਫਿਰ, ਕਿ ਮੇਰੇ ਵਿੱਚ ਜਜ਼ਬਾ ਹੈਗਾ ਸੀ ਕਿ ਮੈਂ ਭੰਗੜਾ ਪਾਉਣਾ ਹੈ ਅਤੇ ਮੈਂ ਪਾਉਣਾ ਹੀ ਹਾਂ ਬਸ। ਅਤੇ ਮੇਰੇ ਫਾਦਰ ਸਾਹਿਬ ਉਹਦਾ ਮੈਨੂੰ ਪਾਵਰ ਲਿਫਟਿੰਗ ਦੀ ਲਾਈਨ 'ਚ ਪਾਉਣਾ ਚਾਹੁੰਦੇ ਸੀ, ਪਰ ਮੇਰਾ ਉਹਦਾ ਦਿਲ ਨਹੀਂ ਮੰਨਿਆ, ਮੈਂ ਭੰਗੜੇ ਵਾਲੀ ਆਇਆ। ਅਤੇ ਕੋਈ ਮੈਟਰ ਨਹੀਂ ਕਰਦਾ, ਜਿਹੜਾ ਸ਼ੌਂਕ ਅਤੇ ਜਜ਼ਬਾ ਉਹ ਬੰਦੇ ਨੂੰ ਬਹੁਤ ਅੱਗੇ 'ਤੇ ਲੈ ਕੇ ਜਾਏਗਾ। ਤੁਸੀਂ ਭੰਗੜੇ ਦੇ ਨਾਲ ਨਾਲ ਸਪੋਰਟਸ ਨਾਲ ਵੀ ਜੁੜੇ ਹੋਏ ਹੋ? ਜੀ ਮੈਮ, ਮੈਂ 3 ਸਾਲ ਪੰਜਾਬ ਦੀ ਟੀਮ 'ਚ ਅਮੈਰੀਕਨ ਫੁੱਟਬਾਲ ਖੇਡਿਆ, ਅਤੇ ਜਿਹੜਾ ਸਾਡਾ ਨਕੋਦਰ ਦਾ NFC ਕਲੱਬ ਆ ਉਹਦੇ ਵਿੱਚ ਮੈਂ ਸੌਕਰ ਖੇਡਦਾ ਐਜ਼ ਗੋਲਕੀਪਰ। ਅਤੇ ਸ਼ੌਂਕ ਆ, ਸਪੋਰਟਸ ਦਾ ਵੀ ਸ਼ੌਂਕ ਆ, ਫਾਦਰ ਸਾਹਿਬ ਆਪ ਸਪੋਰਟਸਮੈਨ ਆ ਖੁਦ, ਅਤੇ ਉਹਨਾਂ ਨੂੰ ਦੇਖ ਦੇਖ ਕੇ ਵੀ ਉੱਦਾਂ ਵੀ ਸਪੋਰਟਸ ਦਾ ਚੰਗਾ ਸ਼ੌਂਕ ਆ। ਤੁਹਾਨੂੰ ਦੇਖ ਕੇ ਬੜੇ ਸਾਰੇ ਜਿਹੜੇ ਗੱਭਰੂ ਜਵਾਨ ਨੇ ਭੰਗੜੇ ਵਿੱਚ ਪੈ ਰਹੇ ਨੇ, ਇੱਕ ਟੀਮ ਜਿਹੜੀ ਇੱਕ ਸਿੰਗਲ ਬੰਦੇ ਤੋਂ ਸ਼ੁਰੂ ਹੋਈ ਸੀ, ਹੁਣ ਕਿੰਨੇ ਹੀ ਲੋਕ ਉਹਦੇ ਨਾਲ ਜੁੜ ਚੁੱਕੇ, ਹਜ਼ਾਰਾਂ ਲੋਕਾਂ ਦੀ ਟੀਮ ਬਣ ਚੁੱਕੀ ਹੈ, ਇੰਨੀ ਜਿਹੜੀ ਯੂਨਿਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਟੀਮ? ਸਭ ਤੋਂ ਪਹਿਲਾਂ ਮੈਂ ਵਾਰ ਵਾਰ ਇਹੀ ਕਹਿਣਾ ਚਾਹੂੰਗਾ ਕਿ ਪਹਿਲਾਂ ਮੈਂ ਨਕੋਦਰ ਦੇ ਭੰਗੜਾ ਪਾਉਂਦਾ ਜਿੱਥੇ ਰੂਹ ਪੰਜਾਬ ਦੀ ਕਲੱਬ ਸੀ। ਨਕੋਦਰ ਤੋਂ ਬਾਅਦ ਮੈਂ ਜਲੰਧਰ ਆ ਗਿਆ, ਜੋਸ਼ ਜਵਾਨੀ ਸੱਭਿਆਚਾਰ ਕਲੱਬ ਹੁੰਦਾ ਸੀ, ਉਹਨਾਂ ਨੇ ਭੰਗੜਾ ਪਾਇਆ। ਫਿਰ ਮੈਂ ਆ ਗਿਆ DAV ਕਾਲਜ ਜਲੰਧਰ। DAV ਕਾਲਜ ਜਲੰਧਰ ਆ ਕੇ ਮੈਂ ਬਹੁਤ ਜ਼ਿੰਦਗੀ ਦੇ ਜਿਹੜੇ ਚੀਜ਼ਾਂ ਦਾ ਬਹੁਤ ਕੁਛ ਸਿੱਖਿਆ ਉੱਥੋਂ ਆ ਕੇ। ਫਿਰ ਬੰਦੇ ਨੂੰ ਜਦੋਂ ਨਾਲ ਸਿੱਖਿਆ ਦੇ ਨਾਲ ਵਧੀਆ ਹੁੰਦੇ ਆ, ਅਤੇ ਬੰਦਾ ਵਧੀਆ ਵਧੀਆ ਸਿੱਖਦਾ ਹੀ ਜਾਂਦਾ, ਅਤੇ ਬੰਦੇ ਨਾਲ ਜੋੜਨੇ ਕਿੱਦਾਂ ਆ, ਕਿੱਦਾਂ ਉਹਨਾਂ ਨੂੰ ਟ੍ਰੀਟ ਕਰਨਾ, ਇਹ ਸਾਰਾ ਕੁਛ ਮੈਂ ਆਪਣੇ ਵੱਡਿਆਂ ਤੋਂ ਸਿੱਖ ਰਿਹਾ ਅਤੇ ਹਮੇਸ਼ਾ ਸਿੱਖਦਾ ਰਹਾਂਗਾ। ਕਿਉਂਕਿ ਮੇਰੀ ਆਦਤ ਆ, ਜ਼ਰੂਰੀ ਨਹੀਂ ਕਿ ਮੈਂ ਕਈਆਂ ਤੋਂ ਵੱਡਾ ਕਿ ਮੈਨੂੰ ਹੀ ਆਉਂਦਾ, ਮੈਂ ਇੱਛਾ ਰੱਖਦਾ ਮੇਰੇ ਛੋਟਾ ਜਿਹਾ ਮੈਨੂੰ ਸਿਖਾਵੇ ਅਤੇ ਮੈਂ ਉਹ ਵੀ ਸਿੱਖਦਾ, ਕਿਉਂਕਿ ਕਲਾ ਦੀ ਕੋਈ ਉਮਰ ਨਹੀਂ ਹੁੰਦੀ, ਉਹ ਛੋਟੇ ਬੱਚੇ 'ਚ ਵੀ ਹੁੰਦੀ ਆ, ਵੱਡੇ 'ਚ ਵੀ ਹੁੰਦੀ ਆ। ਆਪਣੀ ਕਲਾ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਕੀ ਯਤਨ ਕਰ ਰਹੇ? ਆਪਣੀ ਕਲਾ ਨੂੰ ਆਉਣ ਵਾਲੀ ਪੀੜ੍ਹੀ ਦੇ ਵਿੱਚ
ਇਹ ਟਰਾਈ ਕਰਦੇ ਆ ਕਿ ਭੰਗੜਾ ਵੱਧ ਤੋਂ ਵੱਧ ਸਹੀ ਤਰੀਕੇ ਨਾਲ ਅੱਗੇ ਜਾਵੇ। ਅਤੇ ਸਾਡਾ ਇੱਕ ਕੈਂਪ ਲੱਗਦਾ ਹਾਂ ਜਲੰਧਰ, ਸੁਰਤਾਲ ਸੱਭਿਆਚਾਰ ਸਾਹਿਬ, ਪਿਛਲੇ 14-15 ਸਾਲਾਂ ਤੋਂ ਕੈਂਪ ਲੱਗ ਰਿਹਾ, ਜਿਹਦੇ ਵਿੱਚ ਸਵੇਰ ਨੂੰ ਸਾਡੇ ਕੋਲ 8-9 ਸਾਲ ਤੋਂ ਲੈ ਕੇ 64-65 ਈਅਰ ਦੇ ਬੱਚੇ ਤੱਕ ਹੁੰਦੇ ਸਾਰੇ ਉੱਥੇ, ਅਤੇ ਸ਼ਾਮ ਨੂੰ ਲੇਡੀਜ਼ ਹੁੰਦੀਆਂ ਆ। ਉਹਦੇ ਵਿੱਚ ਸਾਡੇ ਕੋਲ ਲਗਭਗ 1,000-1,100 ਹੁੰਦੇ ਆ ਬੱਚੇ, ਕਿ ਆਪਾਂ ਉਹਨਾਂ ਨੂੰ ਸਿਖਾਲਦੇ ਹਾਂ, ਸਹੀ ਤਰੀਕੇ ਨਾਲ ਸਿਖਾਲਦੇ ਜੋ ਚੀਜ਼ ਪੰਜਾਬ ਦਾ ਟ੍ਰੈਡੀਸ਼ਨਲ ਹੈ, ਕਿ ਆਵਾਤਾਵਣੀ ਜੋ ਅੱਜ ਕੱਲ੍ਹ ਚੱਲ ਰਿਹਾ, ਇੱਧਰੋਂ ਹੱਥ ਚੱਕ ਲਿਆ, ਉੱਧਰੋਂ ਪੁੱਠਾ ਮਾਰਤਾ, ਜੋ ਹੈ ਸਿੰਪਲ ਅਤੇ ਸੋਬਰ ਜੋ ਭੰਗੜੇ ਚੱਲਦਾ। ਹਾਂਜੀ, ਜਿਸ ਤਰ੍ਹਾਂ ਤੁਹਾਡੀ ਗੱਲ ਕਰੀਏ, ਤੁਸੀਂ UK ਜਾ ਕੇ ਆਏ ਹੋ ਰੀਸੈਂਟਲੀ, ਤੁਸੀਂ ਕਦੀ ਜਲੰਧਰ ਹੋ, ਕਦੀ ਕਿੱਥੇ ਹੋ, ਕਦੀ ਕਿੱਥੇ ਭੰਗੜਾ ਸਿਖਾ ਰਹੇ ਹੋ, ਕਦੀ ਕਿੱਥੇ ਜਾ ਰਹੇ ਹੋ ਸਪੋਰਟਸ ਨੂੰ ਲੈ ਕੇ, ਆਪਣੀ ਫੈਮਿਲੀ ਨੂੰ ਕਿਸ ਤਰ੍ਹਾਂ ਟਾਈਮ ਦੇ ਰਹੇ ਹੋ, ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ, ਖੁਸ਼ ਨੇ ਫੈਮਿਲੀ ਮੈਂਬਰਸ ਤੁਹਾਡੀ ਅਚੀਵਮੈਂਟਸ ਤੋਂ? ਦੇਖੋ, ਬੰਦਾ ਇੰਨੀ ਅੱਗੇ ਤੱਕ ਬਿਨਾਂ ਫੈਮਿਲੀ ਤੋਂ ਆ ਨਹੀਂ ਸਕਦਾ, ਕਿਉਂਕਿ ਫੈਮਿਲੀ ਦੀ ਸਪੋਰਟ ਸ਼ੁਰੂ ਤੋਂ ਰਹੀ ਸੀ ਕਿ ਤੂੰ ਜਿਹੜਾ ਕੰਮ ਤੈਨੂੰ ਦਿਲ ਨੂੰ ਕਰਦਾ ਤੂੰ ਉਹ ਕਰ, ਅਸੀਂ ਤੈਨੂੰ ਨਹੀਂ ਰੋਕਦੇ। ਪਰ ਫਾਦਰ ਸਾਹਿਬ ਨੇ ਹਮੇਸ਼ਾ, ਜਦੋਂ ਮੇਰੇ ਫਾਦਰ ਸਾਹਿਬ ਨੂੰ ਹਾਰਟ ਬਾਈਪਾਸ ਸਰਜਰੀ ਹੋਈ ਉਹਨਾਂ ਦੀ, ਅਤੇ ਉਹ ਬਿਮਾਰ ਹੋਣ ਦੇ ਬਾਵਜੂਦ ਵੀ ਮੈਨੂੰ ਪ੍ਰੈਕਟਿਸ 'ਤੇ ਸਵੇਰੇ 4 ਵਜੇ ਛੱਡ ਕੇ ਉਹਨੇ ਜਲੰਧਰ, ਮੇਰਾ ਸ਼ਹਿਰ ਨਕੋਦਰ ਆ ਉਹਦਾ, ਅਤੇ ਹੈਗੀ ਵੀ 25 ਮਿੰਟ ਦੀ ਡਰਾਈਵ ਆ, ਉੱਥੋਂ ਜਲੰਧਰ ਛੱਡ ਕੇ ਆਉਣਾ ਪ੍ਰੈਕਟਿਸ 'ਤੇ, ਫਿਰ ਉੱਥੋਂ ਲੈ ਕੇ ਵੀ ਆਉਣਾ। ਤੁਸੀਂ ਆਪ ਸਮਝਦਾਰ ਆ ਕਿ ਫੈਮਿਲੀ ਚੰਗਾ ਸਪੋਰਟਿਵ ਹੈ, ਹਰ ਇੱਕ ਚੀਜ਼ 'ਚ, ਚੰਗੇ ਕੰਮ 'ਚ ਫੈਮਿਲੀ ਸਪੋਰਟ ਹੀ ਕਰਦੀ ਹੈ, ਕਿ ਨਾਲੇ ਆਪਣਾ ਪੰਜਾਬ ਦਾ ਕਲਚਰ ਆ ਕਿ ਇਹਨੂੰ ਗਾਂਹ ਲੈ ਕੇ ਜਾ ਰਹੇ ਬੱਚੇ, ਅਤੇ ਕਿਸੇ ਵੀ ਤਰ੍ਹਾਂ ਦੇ ਫੈਮਿਲੀ ਨੇ ਤੰਗੀ ਨਹੀਂ ਆਉਣ ਦਿੱਤੀ। ਤੇ ਅਚੀਵਮੈਂਟਸ ਦੀ ਗੱਲ ਕਰੀਏ, ਕਿਹੜੇ ਸਾਲ ਕਿਹੜੀ ਅਚੀਵਮੈਂਟ ਮਿਲੀ ਹੈ ਭੰਗੜੇ ਤੋਂ? 2009 ਤੋਂ ਮੈਂ ਭੰਗੜਾ ਸ਼ੁਰੂ ਕੀਤਾ DAV ਕਾਲਜ ਜਲੰਧਰ ਦੇ ਵਿੱਚ, 9-10 ਵਿੱਚ ਭੰਗੜਾ ਪਾਇਆ, 2011 ਵਿੱਚ ਸਰਦਾਰ ਨੀਤੀ ਰਾਜ ਸ਼ੇਰ ਗਿੱਲ ਦੀ ਕਿਰਪਾ ਨਾਲ ਮੈਂ ਕਪਤਾਨ ਬਣ ਗਿਆ ਟੀਮ ਦਾ। ਉਹ 2011 ਤੋਂ ਲੈ ਕੇ 2012 ਤਾਈਂ ਟੀਮ ਸਾਡੀ ਫਸਟ, ਜ਼ੋਨ ਫਸਟ, ਅਤੇ 14 'ਚ ਵੀ ਫਿਰ ਸਾਡੀ ਟੀਮ ਫਸਟ ਆਈ, ਬੈਸਟ ਡਾਂਸਰ ਦਾ ਅਵਾਰਡ ਮਿਲਿਆ, ਅਤੇ ਮਹਾਰਾਜ ਦੀ ਕਿਰਪਾ ਨਾਲ ਲੜੀ ਤੁਰੀ ਜਾ ਰਹੀ ਹਜੇ ਵੀ। ਅਤੇ 2012 ਦੇ ਵਿੱਚ ਇੱਕ ਭੰਗੜਾ ਵਰਲਡ ਕੱਪ ਹੋਇਆ ਸੀ, ਅਤੇ ਉਹਦੇ ਵਿੱਚ ਹਰ ਇੱਕ ਯੂਨੀਵਰਸਿਟੀ ਦੀ ਟੀਮ ਆਈ ਸੀ, ਅਤੇ ਉਸ ਮੈਂ GNDU ਯੂਨੀਵਰਸਿਟੀ ਰੀਪ੍ਰੈਜੈਂਟ ਕਰਦਾ ਜਦੋਂ ਨੈਸ਼ਨਲ ਯੂਥ ਫੈਸਟੀਵਲ ਹੁੰਦੇ ਆ, ਅਤੇ ਮੈਨੂੰ ਉਸ ਯੂਨੀਵਰਸਿਟੀ ਦਾ ਬੈਸਟ ਡਾਂਸਰ ਦਾ ਅਵਾਰਡ ਉਦੋਂ ਸੀ। ਅਤੇ ਇੱਦਾਂ ਦੇ ਬਹੁਤ ਅਵਾਰਡ ਮਿਲੇ ਆ ਕਿ ਜਿਹਨਾਂ ਨੂੰ ਮੈਂ ਨਹੀਂ ਦੱਸ, ਮਤਲਬ ਯਾਦ ਨਹੀਂ ਹੈਗੇ, ਦੱਸਣ ਦੀ ਗੱਲ ਯਾਦ ਨਹੀਂ ਹੈਗੇ, ਕਿ ਇਹ ਆ ਕਿ ਬੰਦਾ ਨੀਵਾਂ ਰਹਿ ਕੇ ਰਵੇ ਸਾਰਿਆਂ ਨਾਲ, ਕਿ ਬਾਲਾ ਉੱਪਰ ਨੂੰ ਚੱਕ ਕੇ ਮੈਨੂੰ ਮੂੰਹ ਤੋਰਨਾ ਚਾਹੀਦਾ। ਅੱਛਾ, ਭੰਗੜੇ ਜਿਹੜੇ ਗਾਣਿਆਂ 'ਤੇ ਅੱਜ ਕੱਲ੍ਹ ਭੰਗੜੇ ਪੈ ਰਹੇ ਨੇ, ਜਿਸ ਤਰ੍ਹਾਂ ਕੋਈ ਸ਼ਰਾਬ 'ਤੇ ਹੁੰਦਾ, ਕੋਈ ਪੈਗ 'ਤੇ ਹੁੰਦਾ, ਕੋਈ ਨਸ਼ੇ 'ਤੇ ਹੁੰਦਾ, ਕੀ ਲੱਗਦਾ ਕੋਈ ਮੈਚ ਹੈਗਾ ਇਹਨਾਂ ਗਾਣਿਆਂ ਦਾ ਭੰਗੜੇ ਦੇ ਨਾਲ? ਮੈਚ ਤਾਂ ਸ਼ਰਾਬ ਨਾਲ ਭੰਗੜੇ ਦਾ ਕੋਈ ਨਹੀਂ ਹੈਗਾ, ਪਰ ਹਾਂ ਵੀ ਉੱਦਾਂ ਆਪਣੇ ਪੰਜਾਬੀ ਦੀ ਕਹਾਵਤ ਬਣੀ ਆ ਕਿ ਸ਼ਰਾਬ ਪੀ ਕੇ ਭੰਗੜਾ ਬਹੁਤ ਵਧੀਆ ਪੈਂਦਾ, ਸਰੂਰ ਦੀ ਗੱਲ ਕੀਤੀ, ਸਰੂਰ ਜਿਹਾ ਬਣ ਜਾਂਦਾ ਕਿ ਹਾਂ ਵੀ ਭੰਗੜਾ ਪਾਈਏ, ਪਰ ਜਿਹੜਾ ਭੰਗੜਾ ਆਪਾਂ ਪਾਉਂਦੇ ਹਾਂ ਉਹ ਸਰੂਰ ਸ਼ਰਾਬ ਨਾਲ ਨਹੀਂ ਪਾਉਂਦਾ, ਉਹ ਸਰੂਰ ਭੰਗੜੇ ਦੇ ਇਸ਼ਕ ਨਾਲ ਪਾਉਂਦਾ। ਇਹ ਜੇ ਅੱਜ ਕੱਲ੍ਹ ਜੇ ਸਾਡੇ ਵਰਗਾ ਕੋਈ ਨੱਚਦਾ ਵੀ ਆ ਸ਼ਰਾਬ ਵਾਲੇ ਗਾਣੇ 'ਤੇ, ਉਹ ਸ਼ਰਾਬ ਦੇ ਬੋਲਾਂ 'ਤੇ ਨੱਚੂਗਾ, ਜਿਹੜਾ ਪਿੱਛੇ ਢੋਲ ਵੱਜਦਾ ਪਿਆ ਉਸ ਬੀਟਸ 'ਤੇ ਨੱਚੂਗਾ, ਕੋਈ ਇੱਦਾਂ ਦਾ ਲੱਗਦਾ ਨਹੀਂ ਕਿ ਸ਼ਰਾਬ 'ਤੇ ਭੰਗੜਾ ਪੈਂਦਾ ਆ। ਇੱਕ ਇਹ ਵੀ ਗੱਲ ਹੈ ਕਿ 25 ਸਾਲ ਤੋਂ ਬਾਅਦ ਭੰਗੜਾ ਜਿਹੜਾ ਕੰਪੀਟੀਸ਼ਨ ਲੈਵਲ 'ਤੇ ਆਪਾਂ ਨਹੀਂ ਪਾ ਸਕਦੇ, ਤੁਹਾਡੀ ਉਮਰ ਜਿਹੜੀ ਹੈ ਹੁਣ 25 ਸਾਲ ਤੁਸੀਂ ਕ੍ਰੋਸ ਕਰ ਚੁੱਕੇ ਹੋ, ਅਤੇ ਹੁਣ ਕੀ ਕਰ ਰਹੇ ਹੋ? ਯੂਨੀਵਰਸਿਟੀ ਨੇ ਬੈਨ ਕਰਤਾ ਸੀ, AIU ਦਾ ਆਲ ਇੰਡੀਆ ਯੂਨੀਵਰਸਿਟੀ ਦਾ ਰੂਲ ਆ ਇਹ ਕਿ 25 ਸਾਲ ਤੋਂ ਬਾਅਦ ਆਪਾਂ ਪਰਫੋਰਮ ਨਹੀਂ ਕਰ ਸਕਦੇ। 25 ਸਾਲ ਦੀ ਪਰਫੋਰਮ ਕੀਤਾ, ਹੁਣ ਜਿੱਦਾਂ ਸਾਡੀ DAV ਕਾਲਜ ਟੀਮ ਜੇ ਓਪਨ ਨੈਸ਼ਨਲ ਗਈ ਆ ਜਾਂ ਕੋਈ ਪ੍ਰਾਈਵੇਟ ਕੰਪੀਟੀਸ਼ਨ ਆ ਜਾਂਦਾ, ਉਹਨਾਂ 'ਚ ਪਰਫੋਰਮ ਕਰ ਲਈਦਾ, ਹੁਣ ਭੰਗੜਾ ਛੱਡ ਤਾਂ ਸਕਦੇ ਨਹੀਂ ਆ, ਇਹ ਤਾਂ ਰੂਹ ਦੇ ਵਿੱਚ ਵੱਸ ਚੁੱਕਾ, ਇੱਦਾਂ ਜਾਂਦੇ ਰਹਿੰਦੇ ਫਿਰ ਨਾਲ ਹੀ।
ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਕਿਉਂਕਿ ਹੁਣ ਤੁਸੀਂ ਭੰਗੜਾ ਵੀ ਪਾ ਰਹੇ ਹੋ, ਚਾਹੇ ਗਾਣਾ ਸ਼ਰਾਬ ਦਾ ਚਾਹੇ ਨਸ਼ੇ ਦਾ, ਪਰ ਤੁਸੀਂ ਸਿਰਫ ਭੰਗੜੇ 'ਤੇ ਫੋਕਸ ਕੀਤਾ ਹੋਇਆ, ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਇਹਨਾਂ ਗਾਣਿਆਂ ਤੋਂ ਇੰਸਪਾਇਰ ਹੋ ਕੇ ਨਸ਼ੇ ਵੱਲ ਜਾ ਰਹੀ ਹੈ, ਕੀ ਕਹਿਣਾ ਚਾਹੋ? ਦੇਖੋ, ਜਿਹੜੇ ਗਾਣੇ ਗਾਉਂਦੇ ਵੀ ਆ ਉਹ ਆਪਣੇ ਮੂੰਹੋਂ ਕਹਿੰਦੇ ਆ ਕਿ ਗਾਣਿਆਂ 'ਤੇ ਅਮਲ ਨਾ ਕਰੋ, ਇਹ ਤਾਂ ਸਿਰਫ ਐਂਟਰਟੇਨਮੈਂਟ ਹੈ, ਆਪਾਂ ਉਹਨੂੰ ਉਹ ਤਰੀਕੇ ਨਾਲ ਲੈ ਕੇ ਚੱਲੀਏ। ਹੁਣ ਤਾਂ ਗਾਣੇ ਦੇਸ਼ 'ਤੇ ਵੀ ਆਏ ਆ, ਆਪਣੇ ਆਰਮੀ 'ਤੇ ਵੀ ਆਏ ਆ, ਹੁਣ ਬੱਚੇ ਉਹਨੂੰ ਨਹੀਂ ਜਾਂਦੇ, ਉਹ ਵੀ ਇਹ ਤਾਂ ਬਸ ਇੱਕ ਉਹ ਬਣ ਗਿਆ ਲੋਕ ਦਿਖਾਵਾ ਕਿ ਗਾਣੇ ਆ ਗਏ ਆ ਗਲਤ, ਅਤੇ ਨਿਆਣੇ ਗਲਤ ਗਾਣਿਆਂ ਨੇ ਕੀਤੇ ਆ, ਇਹ ਨਹੀਂ ਕਹਿੰਦੇ ਕਿ ਸਾਡੇ ਨਿਆਣੇ ਦੀ ਆਪਦੀ ਵੀ ਗਲਤੀ ਆ। ਹੁਣ ਅਸੀਂ ਨਹੀਂ ਲੱਗੇ ਕਿਸੇ ਨਸ਼ੇ 'ਚ, ਕਿਉਂਕਿ ਸਾਨੂੰ ਸਾਡਾ ਆਪਦਾ ਦਿਮਾਗ ਕੰਮ ਕਰਦਾ, ਆਪਦੇ ਦਿਮਾਗ ਤੋਂ ਵੀ ਕੰਮ ਲੈਣਾ ਚਾਹੀਦਾ ਕਿ ਅਸੀਂ ਇਸ ਪਾਸੇ ਨਾ ਜਾਈਏ। ਕਿਉਂਕਿ ਤੁਸੀਂ ਯੂਥ ਆਈਕਨ ਬਣ ਚੁੱਕੇ ਹੋ, ਬਹੁਤ ਸਾਰੇ ਨੌਜਵਾਨ ਤੁਹਾਨੂੰ ਫੋਲੋ ਕਰ ਰਹੇ ਨੇ, ਇੱਕ ਚੰਗਾ ਸੁਨੇਹਾ ਤੁਹਾਡੇ ਤੋਂ ਲੈਣਾ ਚਾਹਾਂਗੇ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ, ਜੇਕਰ ਉਹਨਾਂ ਦੇ ਮਾਇੰਡ 'ਚ ਕੋਈ ਸੈਕਿੰਡ ਥਾਟ ਹੈਗਾ ਗਲਤ ਰਸਤੇ ਪੈਣ ਦਾ, ਤਾਂ ਤੁਹਾਡੇ ਤੋਂ ਸੁਣ ਕੇ ਜਾਂ ਤੁਹਾਡਾ ਕਹਿਣਾ ਮੰਨ ਕੇ ਉਹ ਸਿੱਧੇ ਰਸਤੇ ਪੈ ਜਾਣ। ਸਾਰੇ ਆਪਣੇ ਪੰਜਾਬ ਦੇ ਜਿਹੜੇ ਭੰਗੜੇ ਨੂੰ ਪਿਆਰ ਕਰਦੇ ਉਹ ਤਾਂ ਇੱਕ ਪਰਿਵਾਰ ਆ, ਕਿ ਮੈਨੂੰ ਵੀ ਨਹੀਂ ਚੰਗਾ ਲੱਗੂ, ਕਿਸੇ ਨੂੰ ਵੀ ਨਹੀਂ ਚੰਗਾ ਲੱਗੂ ਆਪਣੇ ਪਰਿਵਾਰ ਦਾ ਮੈਂਬਰ ਕੋਈ ਗਲਤ ਰਾਹੇ ਪਵੇ। ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂ ਕਿ ਆਪਦਾ ਮਾਇੰਡ ਡਿਵਰਟ ਕਰੋ, ਆਪਣੀਆਂ ਜਿਹੜੇ ਫੋਕ ਡਾਂਸਿਸ ਆ ਉਹਨਾਂ ਨੂੰ ਸਿੱਖੋ, ਜਾਂ ਡਾਂਸਿਸ ਤੋਂ ਇਲਾਵਾ ਆਪਣੇ ਹੋਰ ਵੀ ਬਹੁਤ ਕੁਛ ਆ ਕਿ ਆਪਣਾ ਪਹਿਰਾਵਾ ਹੋ ਗਿਆ ਜਾਂ ਜੋ ਵੀ ਉਹ ਕਰਨਾ ਚਾਹੁੰਦੇ ਠੀਕ ਰਾਹ 'ਤੇ ਉਹ ਕਰੋ, ਪਰ ਗਲਤ ਰਾਹ ਵੱਲ ਜਦੋਂ ਚੰਗੇ ਰਾਹ ਵੱਲ ਜਾਣ ਲੱਗ ਪਏ ਗਲਤ ਰਾਹ ਉਹਨਾਂ ਨੂੰ ਆਪ ਹੀ ਨਹੀਂ ਦਿਖਣਾ, ਫਿਰ ਉਹ ਹਮੇਸ਼ਾ ਚੰਗੇ ਰਾਹ 'ਤੇ ਜਾਊਗੇ। ਅੱਛਾ, ਕੈਂਡਲ ਲਾਈਟ ਵਰਗੀ ਕਿਸੇ ਅਗਲੀ ਵੀਡੀਓ 'ਤੇ ਕੰਮ ਕਰ ਰਹੇ ਹੋ, ਕਿਉਂਕਿ ਲੋਕ ਉਸ ਵੀਡੀਓ ਨੂੰ ਇੰਨਾ ਪਿਆਰ ਦੇ ਚੁੱਕੇ ਨੇ ਕਿ ਹਮੇਸ਼ਾ ਇੱਕ ਉਡੀਕ ਰਹਿੰਦੀ ਹੈ ਕਿ ਰਾਜਨ ਔਜਲਾ ਵੱਲੋਂ ਹੁਣ ਕੀ ਨਵਾਂ ਆਏਗਾ ਜੋ ਸ਼ੇਅਰ ਕਰੀਏ ਆਪਣੀ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ। ਕੋਸ਼ਿਸ਼ ਕਰਦੇ ਰਹੀਦੇ, ਹੁਣ ਤਾਂ ਸਰੋਤਿਆਂ 'ਤੇ ਆ ਉਹਨਾਂ ਨੂੰ ਕੀ ਪਸੰਦ ਆ, ਜੇ ਆਪਣੇ ਵੱਲੋਂ 100 ਦੇਈਦਾ ਕਿ ਅਗਲੇ ਸਰੋਤੇ ਖੁਸ਼ ਰਹਿਣ, ਕਿ ਬਾਕੀ ਟਰਾਈ ਕਰੀ ਜਾਂਦੇ ਹਾਂ, ਇੱਕ ਦਿਨ ਮਿਹਨਤ ਦਾ ਮੁੱਲ ਫਿਰ ਮਿਲੂਗਾ, ਭਾਵੇਂ ਹੁਣ ਮਿਲ ਜਾਵੇ ਭਾਵੇਂ ਕੱਲ੍ਹ ਨੂੰ ਮਿਲ ਜਾਵੇ, ਮਿਹਨਤ ਕਰਦੇ ਰਹਾਂਗੇ, ਪਰ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ ਬੰਦੇ ਨੂੰ। ਤਾਂ ਇਹ ਸਨ ਰਾਜਨ ਔਜਲਾ, ਕੈਂਡਲ ਲਾਈਟ ਗਾਣੇ ਨੂੰ ਇਹਨਾਂ ਨੇ 4 ਚੰਨ ਲਗਾਤੇ ਸੀ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ, ਲੱਖਾਂ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ, ਅਤੇ ਸਾਨੂੰ ਉਮੀਦ ਹੈ ਕਿ ਜਿਹੜਾ ਇਹਨਾਂ ਨੇ ਸੁਨੇਹਾ ਲਗਾਇਆ ਸਾਡੀ ਨੌਜਵਾਨ ਪੀੜ੍ਹੀ ਨੂੰ, ਨੌਜਵਾਨ ਪੀੜ੍ਹੀ ਉਸ 'ਤੇ ਜ਼ਰੂਰ ਅਮਲ ਕਰੇਗੀ ਅਤੇ ਚੰਗੇ ਰਾਹ ਪਵੇਗੀ। ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹੋ, ਆਪਣੀ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹੋ, ਆਪਣੇ ਲੋਕ ਨਾਚ ਜਿਹੜੇ ਨੇ ਇਹਨਾਂ ਨੂੰ ਕਦੇ ਨਾ ਭੁੱਲੋ ਅਤੇ ਗਲਤ ਰਸਤੇ ਕਦੇ ਨਾ ਅਪਣਾਓ। ਨਸ਼ਿਆਂ ਦਾ ਇੱਕ ਬਹਾਨਾ ਲਗਾ ਕੇ ਜਿਹੜਾ ਜਿਹੜੇ ਨੌਜਵਾਨ ਨਸ਼ਿਆਂ ਦੇ ਰਸਤੇ ਪੈਂਦੇ ਨੇ ਉਹਨਾਂ ਲਈ ਇੱਕ ਬੜਾ ਵੱਡਾ ਸੁਨੇਹਾ ਦਿੱਤਾ ਹੈ ਰਾਜਨ ਔਜਲਾ ਨੇ, ਅਤੇ ਉਮੀਦ ਕਰਦੇ ਹਾਂ ਕਿ ਸਾਡੀ ਵੀਡੀਓ ਜ਼ਰੂਰ ਪਸੰਦ ਆਏਗੀ ਅਤੇ ਜ਼ਰੂਰ ਫੋਲੋ ਕਰਨਗੇ ਇਹਨਾਂ ਨੂੰ। ਡੇਲੀ ਪੋਸਟ ਪੰਜਾਬੀ ਦੀ ਖਾਸ ਪੇਸ਼ਕਸ਼, ਫਿਲਹਾਲ ਬਸ ਇੰਨਾ ਹੀ, ਜਲਦੀ ਹਾਜ਼ਰ ਹੋਵਾਂਗੇ ਇੱਕ ਨਵੇਂ ਅਪਡੇਟ ਦੇ ਨਾਲ, ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ। ਸਟੱਡੀ ਇਨ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਐਂਡ ਜਰਮਨੀ, 14 ਸਾਲਾਂ ਦਾ ਤਜਰਬਾ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਪਿਰਾਮਿਡ ਈ ਸਰਵਿਸ, ਜਲੰਧਰ, ਲੁਧਿਆਣਾ, ਮੋਗਾ, ਪਠਾਨਕੋਟ, ਪਟਿਆਲਾ, ਬਠਿੰਡਾ, ਚੰਡੀਗੜ੍ਹ ਅਤੇ ਨਵੀਂ ਦਿੱਲੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 93 978 93 978।